ਹਉ ਬਲਿਹਾਰੀ ਤਿਨਕੋ ਜਿਨ ਧਿਆਇਆ ਹਰ, ਜਿਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਿਵਾਨ, ਨਾਨਕ ਕੁਲ ਉਧਾਰੇ ਆਪਣਾ, ਦਰਗਹਿ ਪਾਵੇ ਮਾਨ। ਤੇਰੇ ਕਵਨ ਕਵਨ ਗੁਣ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ, ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਜ, ਗਰੀਬ ਨਿਵਾਜ ਗਰੀਬ ਨਿਵਾਜ, ਮਨ ਮੋਲੇ ਓ ਹਰ ਮਨ ਮੋਲਿਓ ਹਰ ਚਰਨ ਸੰਗ, ਮਨ ਮੋਲਿਓ ਹਰ ਚਰਨ ਸੰਗ, ਕਰ ਕਿਰਪਾ ਸਾਧੂ ਜਨ ਭੇਟੇ, ਕਰ ਕਿਰਪਾ ਸਾਧੂ ਜਨ ਭੇਟੇ, ਨਿਤ ਰਾਖੋ ਹਰ ਨਾਮ ਰੰਗ, ਮਨ ਮੋਲਿਓ ਹਰ ਚਰਨ ਸੰਗ, ਮਨ ਮੋਲਿਓ ਹਰ ਚਰਨ ਸੰਗ, ਕਿਲ ਬਿਖ ਬਿਨ ਸੇ ਗਾਏ ਗੁਨਾ, ਕਿਲ ਬਿਖ ਬਿਨ ਸੇ ਗਾਏ ਗੋਪਾਲ, ਕਰ ਕਿਰਪਾ
ਕਰ ਕਿਰਪਾ ਕਿਰਪਾ ਪ੍ਰਗਟੇ ਗੋਪਾ ਕਰ
ਕ੍ਰਿਸ਼ਨਾ ਗਈ ਕ੍ਰਿਸ਼ਨਾ ਗਈ ਨਾਮ ਕਰੋ ਕ੍ਰਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਪਈ ਨਾਨਕ ਪ੍ਰਭ ਕਿਰਪਾ ਪਈ ਨਾਨਕ ਪ੍ਰਭ ਕਿਰਪਾ ਪਈ ਮਨ ਮੋਲਿਓ ਹਰ ਚਰਨ ਸੰਗ ਮਨ ਮੋਲਿਓ ਹਰ ਚਰਨ ਸੰਗ ਮਨ ਮੋਲਿਓ ਹਰ ਚਰਨ ਸੰਗ ਕਰ ਕਿਰਪਾ ਸਾਧੂ ਪੇਟ ਕਰ ਕਿਰਪਾ ਸਾਧੂ ਜਨ ਪੇਟ ਨਿਤ ਰਾਤੋ ਹਰ ਨਾਮ ਮਨ ਮੋਲਿਓ ਹਰ ਮਨ ਮੋਲਿਓ ਮਨ ਮੋਲਿਓ ਹਰ ਚਰਨ ਸੰਗ ਮਨ ਮੋਲਿਓ ਹਰ ਚਰਨ ਸੰਗ ਹਰ ਹਰ ਨਾਮ ਚ ਪੰਤਿਆਂ ਕਛ ਨ ਕਹੈ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਬਸੰਤ ਕੀ ਵਾਰ ਮਹਿਲ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਤਿਆਗ ਕਹਿ ਹੋ ਹਰਿ ਭਾਈ ਕਰਮ ਕੰਦ ਪਾਈ ਹੈ ਰੂਪਾ ਮਨ ਤੁਮ ਬਨ ਵਾਲਿਆ ਹੈ ਮਕਲ ਪਾਈ ਮਿਲ ਸਾਧ ਸੁਖੀ ਪੁਜੈ ਲਗੀ ਸਭ ਇੱਛਾ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਧਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਧਾਈ ਗੁਰਮੁਖ ਲਾ ਲੈ ਗਏ ਗੁਰਮੁਖ ਲਾ ਲੈ ਗਏ ਗੁਰਮੁਖ
ਦਈਓ ਬੈਠਾ ਵੇਖੇ ਆਪ ਜੀਓ, ਦਈਓ ਬੈਠਾ ਵੇਖੇ ਆਪ ਜੀਓ, ਗੁਰਮੁਖ ਵਾਤ ਵਚਨ ਟਮਕ ਤੇਰੀਆਂ, ਵਾਤ ਵਚਨ ਮਲ ਲਤ ਹਰ ਦਿਸੇ ਹਰ
ਸੁਣ ਸੁਣ ਤੁਝੇ ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜਿਹੜੇ ਉਸ ਗੁਰਮੁਖ ਦੀ, ਸੰਤ ਦੀ, ਬ੍ਰਹਮ ਗਿਆਨੀ ਦੀ, ਉਹ ਬ੍ਰਹਮ ਬਿਰਤਾ ਰੂਹ ਦੀ ਗੱਲ ਕੀਤੀ ਗਈ ਹੈ। ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਉਹ ਕਿਹਾ ਕਰਦੇ ਸਨ ਕਿ ਜਦੋਂ ਪਹਿਲੀ ਵਾਰੀ ਸੰਤ ਸ਼ਬਦ ਦੀ ਗੱਲ ਕੀਤੀ ਗਈ, ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਅਤੇ ਜਿਹਨਾਂ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਡੇ ਵਾਲੇ, ਮੈਨੂੰ ਯਾਦ ਹੈ ਮਹਾਂਪੁਰਖਾਂ ਦੇ ਸਮਾਗਮ ਜਦੋਂ ਸੁਣਨ ਜਾਣੇ, ਨਵੇਂ ਨਵੇਂ ਅਸੀਂ ਪਿੰਡ ਤੋਂ ਸ਼ਹਿਰ ਆਏ, ਸਾਈਕਲ ਦੇ ਉੱਤੇ ਮੈਂ ਲੱਭ ਲੱਭ ਕੇ ਸਮਾਗਮ, ਉਦੋਂ ਸਾਡੇ ਬਸੰਤ ਐਵਨਿਊ ਇਲਾਕਾ ਹੈ, ਉੱਥੇ ਰਣਜੀਤ ਐਵਨਿਊ ਸਮਾਗਮ ਹੋਣੇ 'ਤੇ ਜਾਣਾ, ਔਰ ਅੱਜ ਬਹੁਤ ਕੀਰਤਨੀ ਪ੍ਰਚਾਰਕ ਹਨ, ਬੜੀ ਵੱਡੀ ਪੰਥ ਲਈ ਇਹ ਮੁਬਾਰਕ ਘੜੀ ਵੀ ਹੈ, ਪਰ ਇਹ ਇੱਕ ਗੱਲ ਸੱਚ ਵੀ ਹੈ ਕਿ ਅਨੁਭਵ 'ਚੋਂ ਨਿਕਲੀ ਗੱਲ ਦੋ ਤਰ੍ਹਾਂ ਦੀ ਗੱਲ ਹੈ, ਇੱਕ ਅੱਖਰੀ ਗਿਆਨ ਵਾਲੀ ਹੈ, ਇੱਕ ਅਨੁਭਵ ਦੀ ਕਥਾ ਹੈ, ਜਿਵੇਂ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਦਮਦਮੀ ਟਕਸਾਲ
ਪੁਰਾਤਨ ਸਮੇਂ ਜਿੰਨੇ ਵੀ ਪ੍ਰਚਾਰਕ ਸਨ ਬਹੁਤਾਤ ਗਿਣਤੀ ਦੇ ਵਿੱਚ ਭਾਵ ਬੜਾ ਪ੍ਰਬਲ ਸੀ। ਮਹਾਂਪੁਰਖਾਂ ਨੇ ਕਥਾ ਕੀਤੀ, ਭਾਈ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲਿਆਂ, ਕਹਿੰਦੇ ਤੈਨੂੰ ਔਰ ਉਹ ਵਿਰਾਗ 'ਚ, ਜਿਸ ਵਿਰਾਗ 'ਚ, ਜਿਸ ਸੁਰਤ ਦੀ ਉੱਚਾਈ 'ਤੇ ਉਹ ਗੱਲ ਕਰਦੇ ਸਨ, ਉਹ ਸੁਣਨ ਵਾਲੇ ਨੂੰ ਕਿਉਂ ਨਹੀਂ ਕੀ ਲੈਂਦੀ ਸੀ, ਕਿਉਂ ਉਹਨਾਂ ਨੇ ਗੱਲ ਕੀਤੀ, ਕਹਿੰਦੇ ਤੁਸੀਂ ਤੁਹਾਨੂੰ ਮਕਾਨ ਬਣਾਉਂਦਿਆਂ ਨਹੀਂ ਚੰਗੀ ਲੱਗੀ ਉਹ ਕੰਧ ਤੁਸੀਂ ਢਾਹਤੀ, ਨਹੀਂ ਚੰਗਾ ਰੋਸ਼ਨਦਾਨ ਲੱਗਾ ਤੁਸੀਂ ਢਾਹ ਕੇ ਉਹਨੂੰ ਰੈਨੋਵੇਟ ਕੀਤਾ, ਨਵੀਂ ਉਹਨੂੰ ਸਾਰੀ। ਅੱਜ ਕੱਲ੍ਹ ਬੜਾ ਆਰਕੀਟੈਕਟ ਦਾ ਜ਼ਮਾਨਾ ਹੈ, ਸਮੇਂ ਦੇ ਨਾਲ ਸਮੇਂ ਦੇ ਹਾਣੀ ਹਰ ਬੰਦਾ ਬਣਨਾ ਚਾਹੁੰਦਾ ਹੈ ਔਰ ਪ੍ਰਬਲ ਇੱਛਾ ਉਹਦੀ ਹੁੰਦੀ ਹੈ। ਕਹਿੰਦੇ ਤੁਹਾਨੂੰ ਨਹੀਂ ਚੰਗਾ ਲੱਗਾ ਤੁਸੀਂ ਢਾਹ ਦਿੱਤਾ, ਬਹੁਤ ਉਹਨਾਂ ਦੇ ਇਹੋ ਜਿਹੇ ਅਨੁਭਵ 'ਚੋਂ ਵਿਰਾਗ 'ਚੋਂ ਨਿਕਲੇ ਸ਼ਬਦ ਸਨ। ਮੈਂ ਸਾਹਮਣੇ ਬੈਠਾ ਸੁਣ ਰਿਹਾ ਸੀ ਭਾਈ ਸਾਹਿਬ ਭਾਈ ਤਜਿੰਦਰ ਸਿੰਘ ਸ਼ਿਮਲੇ ਵਾਲੇ, ਪਿੱਛੇ ਜੇ ਅਸੀਂ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਦੀ ਸੰਗਤ ਵੀ ਮਾਣੀ, ਉਹੀ ਪਿਆਰ, ਉਹੀ ਰੰਗ, ਉਹੀ ਵਿਰਾਗ, ਉਹੀ ਭਾਵ। ਸੋ ਉਹ ਕਹਿੰਦੇ ਤੈਨੂੰ ਨਹੀਂ ਚੰਗਾ ਲੱਗਾ ਤੂੰ ਢਾਹਤਾ, ਉਹ ਅਕਾਲ ਪੁਰਖ ਨੂੰ ਨਹੀਂ ਚੰਗਾ ਲੱਗਾ, ਤੇਰੀ ਇਹ ਕੱਖ ਚੰਗੀ ਨਹੀਂ ਲੱਗੀ, ਤੇਰੀ ਬਾਂਹ ਚੰਗੀ ਨਹੀਂ ਲੱਗੀ, ਤੇਰਾ ਇਹ ਸਰੀਰ ਰੂਪੀ ਮਕਾਨ ਨਹੀਂ ਚੰਗਾ ਲੱਗਾ, ਉਹ ਲੈ ਗਿਆ, ਤੂੰ ਮਰਜ਼ੀ ਕਰ ਸਕਦਾ ਹੈ। ਅਤੇ ਜਿੰਨੇ ਇਹ ਸਾਰੇ ਖੇਲ ਇਹ ਤਮਾਸ਼ਾ ਬਣਾਇਆ ਹੈ, ਇਹ ਤਾਂ ਖੇਲ ਹੈ, ਖੇਡ ਦੇ ਵਿੱਚ ਨਾ ਜਿੱਤ ਹੈ, ਨਾ ਹਾਰ ਹੈ, ਨਾ ਖੁਸ਼ੀ ਹੈ, ਨਾ ਗਮੀ ਹੈ, ਉਹ ਵੱਖਰੀ ਗੱਲ ਹੈ। ਅੱਜ ਖੇਡਾਂ ਜੰਗ ਦਾ ਮੈਦਾਨ ਬਣ ਗਿਆ ਹਨ, ਕੋਈ ਟੀਮ ਹਾਰ ਕੇ ਆ ਜਾਵੇ ਤਾਂ ਲੋਕ ਡੰਡੇ ਫੜ ਲੈਂਦੇ ਹਨ, ਇਹ ਮਾਰ ਹੀ ਦੇਣੇ ਹਨ। ਅਸੀਂ ਮਹਾਂਪੁਰਖ ਉਸ ਖੇਡ ਦੀ ਗੱਲ ਕਰਦੇ ਸਨ, ਕਿਹੜੀ ਖੇਡ, ਜਿਸ ਖੇਡ ਦੇ ਵਿੱਚ ਨਾ ਜਿੱਤ ਹਾਰ ਦੀ ਕੋਈ ਗੱਲ ਹੈ, ਨਾ ਖੁਸ਼ੀ ਗਮੀ ਦੀ, ਉਹ ਤਾਂ ਫਿਰ ਖੇਡ ਹੈ। ਸੋ ਮਹਾਂਪੁਰਖਾਂ ਦੇ ਸਮਕਸ਼ ਬੈਠ ਕੇ ਜਿਹੜੀਆਂ ਗੱਲਾਂ ਸੁਣੀਆਂ, ਮਹਾਂਪੁਰਖਾਂ ਦੀ ਦੇਣ ਹੈ। ਗੁਰੂ ਰਾਮਦਾਸ ਮਹਾਰਾਜ ਜੀ, ਸਤਿਗੁਰੂ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ ਹਾਰ, ਇਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਅਸੀਂ ਵੱਡਿਆਂ ਭਾਗਾਂ ਵਾਲੇ ਹਾਂ। ਕਿੰਨੀ ਮਹਾਂਪੁਰਖਾਂ ਦੀ ਵੱਡੀ ਦੇਣ ਹੋ ਸਕਦੀ ਹੈ, ਜਿਹੜਾ ਉਹਨਾਂ ਨੂੰ ਸਾਹਮਣੇ ਬਹਿ ਕੇ ਸੁਣਿਆ ਉਹਨੂੰ ਆਪਣੇ ਵਰਗਾ ਬਣਾ ਲੈਂਦੇ ਹਨ, ਆਪਣੇ ਵਰਗਾ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਰਗਾ। ਸੋ ਬਹੁਤੇ ਸ਼ਬਦਾਂ ਨੂੰ ਨਾ ਕਹਿੰਦਿਆਂ ਹੋਇਆ ਉਹਨਾਂ ਦਾ ਉਪਦੇਸ਼, ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼, ਉਪਦੇਸ਼ ਚੌਂ ਵਰਨਾ ਕੋ ਸਾਂਝਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਵੀਰ ਜੀ ਦੱਸ ਰਹੇ ਸਨ ਕਿ ਹਸਪਤਾਲ ਇੱਕ ਸ਼ੁਰੂ ਕੀਤਾ ਹੈ ਪਿਛਲੇ ਸਾਲ ਤੋਂ, ਅਤੇ ਕਿ ਉਸ ਹਸਪਤਾਲ ਦੇ ਬਾਹਰ ਕਿਤੇ ਲਿਖ ਕੇ ਲਾਇਆ ਜਾਏਗਾ ਕਿ ਇੱਥੇ ਦਸਤਾਰਧਾਰੀ, ਕੇਸਾਧਾਰੀ, ਅੰਮ੍ਰਿਤਧਾਰੀ ਉਹੀ ਆਉਣ, ਦੂਜਿਆਂ ਨੂੰ ਮਨਾਈ ਹੈ, ਇੱਥੇ ਲਿਖ ਕੇ ਜਾਏਗਾ ਕਿ ਇੱਕ ਸਿੱਖ ਹੋਵੇ ਅਤੇ ਉਹੀ ਆਵੇ, ਨਹੀਂ। ਮਹਾਂਪੁਰਖ ਅਕਾਲ ਪੁਰਖ ਦਾ ਸਰੂਪ ਹੁੰਦੇ ਹਨ, ਅਤੇ ਉਸ ਅਕਾਲ ਪੁਰਖ ਦੇ ਸਰੂਪ ਦੀ ਵਿਆਖਿਆ ਗ੍ਰਸਥ ਧਰਮ, ਜਿਹੜਾ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵੱਡਾ ਧਰਮ ਆਖਿਆ, ਉਹਦੇ ਵਿੱਚ ਰਹਿ ਕਰਕੇ ਸਾਨੂੰ ਇਹ ਸਿਖਾਉਣ ਆਉਂਦੇ ਹਨ। ਫਿਰ ਅੱਜ ਉਹਨਾਂ ਦੀ ਲਾਈਵ ਫੁਲਵਾੜੀ ਦੇ ਵਿੱਚ ਲੰਗਰਾਂ ਦੀ ਗੱਲ ਕਰਕੇ ਵੇਖੋ, ਅੱਜ ਉੱਥੇ ਤੁਸੀਂ ਹਸਪਤਾਲਾਂ ਦੀ, ਵਿੱਦਿਅਕਤਾ ਦੀ, ਅੱਜ ਉਸੇ ਤੁਸੀਂ ਗੁਰਮਤਿ ਸਮਾਗਮਾਂ ਦੀ ਗੱਲ ਕਰਕੇ ਵੇਖੋ, ਇਹ ਮੁੱਕਣ 'ਤੇ ਹੀ ਨਹੀਂ ਆਉਣੀ, ਕਿਉਂਕਿ ਉਹ ਅਕਾਲ ਪੁਰਖ ਵੱਲੋਂ ਭੇਜੀਆਂ ਹੋਈਆਂ ਆਤਮਾਵਾਂ ਸਾਨੂੰ ਇਸ ਲਈ ਹੁਲਾਰਾ ਹੁੰਗਾਰਾ ਦੇਣ ਆਉਂਦੀਆਂ ਹਨ ਕਿ ਅਸੀਂ ਇਸ ਦੁਨੀਆ ਦੇ ਵਿੱਚ ਰਸਾਂ ਕਸਾਂ ਦੇ ਵਿੱਚ ਖਚਤ ਨਾ ਹੋ ਕਰਕੇ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਲੋਕ ਸੁਖੀਏ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀਆਂ ਬਖਸ਼ਿਸ਼ਾਂ ਦੇ ਜਿਉਂਦੇ ਜੀ ਪਾਤਰ ਬਣ ਸਕੀਏ। ਔਰ ਮੇਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਇਹ ਭਾਵਨਾਤਮਕ ਅਰਦਾਸ ਹੈ, ਮਹਾਰਾਜ ਗੁਰੂ ਕੇ ਪ੍ਰਚਾਰਕ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਵਰਗਾ ਕੀਰਤਨ, ਇੰਨਾ ਭਾਵ, ਇੰਨਾ ਵੈਰਾਗ ਕਿ ਹਰ ਵੇਲੇ ਜਿਵੇਂ ਵੈਰਾਗ ਦੇ ਵਿੱਚ ਭਿੱਜੀ ਆਤਮਾ। ਔਰ ਅੱਜ ਅਸੀਂ ਵੱਡਿਆਂ ਭਾਗਾਂ ਵਾਲੇ ਹਾਂ, ਅੱਜ ਦੂਜੇ ਸਾਲ, ਪਿਛਲੇ ਸਾਲ ਵੀ ਪ੍ਰਬੰਧਕਾਂ ਦਾ ਹੁਕਮ ਸੀ
ਸੋ ਵਿਸ਼ੇਸ਼ ਤੌਰ 'ਤੇ ਧੰਨਵਾਦ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ, ਇੱਥੋਂ ਦੇ ਸਾਰੇ ਹੀ ਗੁਰਮੁਖ ਪਿਆਰਿਆਂ ਦਾ, ਇੱਕ ਦੂ ਇੱਕ ਚੜ੍ਹਾਉਂਦੀਆਂ ਸਾਰੇ ਮਹਾਂਪੁਰਖਾਂ ਦੇ ਨਾਲ ਪਿਆਰ ਕਰਦੇ ਹਨ ਉਹਨਾਂ ਦੀ ਸੰਗਤ ਦਾ ਜਿਨ੍ਹਾਂ ਨੇ ਆਨੰਦ ਮਾਣਿਆ ਹੈ। ਮਹਾਰਾਜ ਹੋਰ ਕਿਰਪਾ ਕਰਨ, ਇਹ ਗੁਰਮਤਿ ਸਮਾਗਮ ਕਈ ਵਾਰ ਹੋ ਜਾਣ, ਕਿਉਂ ਇਹਨਾਂ ਗੁਰਮਤਿ ਸਮਾਗਮਾਂ ਦੇ ਵਿੱਚੋਂ ਉਹ ਗੁਰਮਤਿ ਦੀ ਆਤਮਾ ਗੁਰਸ਼ਬਦ 'ਚ ਭੇਜ ਕੇ ਨਿਕਲਦੀ ਹੈ, ਜਿਹੜੀ ਉਵੇਂ ਸ਼ਾਇਦ ਕਿਤੇ ਲੱਭਣਾ ਬੜਾ ਔਖਾ ਹੈ। ਸੋ ਆਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਿਹੜੀ ਵਿਆਖਿਆ ਕੀਤੀ ਹੈ, ਉਹਦੇ ਵਿੱਚ ਕਿਵੇਂ ਕਿਵੇਂ ਉਪਦੇਸ਼ ਕਿਵੇਂ ਦਿੱਤਾ ਹੈ, ਇਸ ਉਪਦੇਸ਼ 'ਤੇ ਪੈਰਾ ਦੇ ਕੇ ਗਏ ਹਨ ਮਹਾਂਪੁਰਖ।
ਕੋਟ ਤੀਰਥ ਮਜਨ ਇਸਨਾਨਾ, ਕੋਟ ਤੀਰਥ ਮਜਨ ਇਸਨਾਨਾ, ਇਸ ਕਲ ਮੈਂ ਮੈਲ ਭਰੀ ਜੈ ਸਾਧ ਸੁਣ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਜੈ ਬੇਦ ਬੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਪੂਰ ਗਾਲੀ ਹੋਚੀਆਂ ਬੇਦ ਕਤੇਬ ਇਤਰਾ ਭਾਈ ਦਿਲ ਕਾ ਫਿਕਰ ਨ ਜਾਏ ਤੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਪੜਿਆ ਮੁਕਤ ਨਾ ਹੋਈ ਬੇਦ ਪਾਠ ਸੰਸਾਰ ਟਿਕਾ ਪੜ੍ਹ ਪੜ੍ਹ ਪੰਡਤ ਕਰੇ ਵਿਚਾਰ ਬਿਨ ਪੂਜੇ ਸਭ ਹੋਏ ਨਾਨਕ ਗੁਰਮੁਖ ਉਤਰਸਤਾ ਇਨ ਪੜਿਆ ਮੁਕਤ ਨਾ ਹੋਈ ਪੰਡਤ ਜਨ ਮਾਤੇ ਪੜ ਪੁਰਾ ਜੋਗੀ ਮਾਤੇ ਜੋਗ ਤਿਆ ਸੰਨਿਆਸੀ ਮਾਤੇ ਆਹਮੇਵ ਤਪਸੀ ਮਾਤੇ ਤਪ ਕਹਿ ਕੇ ਸਭ ਮਦ ਮਾਤੇ ਕੋ ਨ ਜਾ ਸੰਗ ਹੀ ਚੋਰ ਘਰ ਮੁਸਣ ਲਾਗ ਇਨ ਪੜਿਆ ਮੁਕਤ ਨ ਹੋਈ ਅੰਤਰ ਪੂਜਾ ਪੜੇ ਕਤੇ ਪਾ ਜਮ ਤੁਰਕਾ ਭਾਈ ਛੋਟੀ ਲੈ ਪਾਖੰਡਾ ਨਾਮ ਲੈ ਜਾਏ ਤਰੰਗਾ ਇਨ ਪੜਿਆ ਮੁਕਤ ਨਾ ਹੋਈ ਪੜਿਆ ਹੋਵੇ ਕੁਨੇਗਾ ਤਾਂ ਮੋਮੀ ਸਾਧ ਨਾ ਮਾਰੀਐ ਜੇ ਹਾ ਕਾਲੇ ਘਰ ਪੰਡਤ ਪੁੱਛੋ ਤਾਂ ਮਾਇਆ ਰਾਤੇ ਪੜਪੜ ਗੱਡੀ ਲੱਦੀ ਐ ਪੜਪੜ ਭਰੀਏ ਸਾਰ ਪੜਪੜ ਬੇੜੀ ਪਾਈ ਐ ਪੜਪੜ ਗੱਡੀਏ ਖਾਰ ਪੜੀਏ
ਪੜੀਏ ਜੇ ਤੇ ਬਸ ਬਸ ਪੜੀਏ ਜੇ ਤੇ ਮਾਸ ਪੜੀਏ ਜੇ ਤੇ ਯਾਰ ਦਾ ਪੜੀਏ ਜੇ ਤੇ ਸਾਸ ਨਾਨਕੇ ਕਹਿ ਇੱਕ ਗੱਲ ਹੋਰ ਹੋਵੇ ਚੰਨਾ ਚਾ ਨਾਨਕੇ ਕਹਿ ਇੱਕ ਗੱਲ ਹੋਰ ਹੋਵੇ ਚੰਨਾ ਚਾ ਵੇਦ ਕਦੇ ਸਿਮਰਤ ਰੱਬ ਸਾ ਇਨ ਪੜਿਆ ਮੁਕਤ ਨਾ ਹੋਈ ਇੱਕ ਅੱਖਰ ਜੋ ਗੁਰਮੁਖ ਜਾਪੈ ਜਿਨ ਪਾਰਸ ਪਰਸ ਮਿਲਾਇਓ ਤਨ ਤਨ ਗੁਰੂ ਰਾਮਦਾਸ ਗੁਰ ਤਨ ਤਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਅਜੂਨੀ ਸੰਭਉ ਸਤ ਜੀਵਨ ਅਰਜਨ ਅਮੋਲ ਅਜੂਨੀ
ਸਤਿਗੁਰ ਸਭ ਗੁਣ ਸਮਾਨ ਨਾ ਸੱਚ ਪੂਰੇ ਗੁਰੂ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।